ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਟਰੈਕ ਤੇ ਉਦੋਂ ਭਗਦੜ ਮੱਚ ਗਈ ਜਦੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਤੁਰੰਤ ਰੇਲਵੇ ਪੁਲਿਸ GRP ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਨੌਜਵਾਨ ਦੀ ਮੌਤ ਨਸ਼ੇ ਦੇ ਕਾਰਨ ਹੋਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦੀ ਜੇਬਾਂ ਚੋਂ ਨਸ਼ੇ ਦੇ ਟੀਕੇ ਮਿਲੇ, ਪਰ ਅਜੇ ਤੱਕ ਲਾਸ਼ ਦੀ ਸ਼ਨਾਖਤ ਨਹੀਂ ਹੋ ਪਾਈ ਹੈ। ਦੇਖੋ ਕੁਝ ਤਸਵੀਰਾਂ। ਅੱਜ ਸਾਡੇ ਕੋਲ ਸਵੇਰੇ ਕੋਈ ਫੋਨ ਆਇਆ ਵੀ ਸਹਾਰਾ ਏਜੰਸੀ ਦੇ ਦਫ਼ਤਰ ਵੀ ਇੱਕ ਬੋਡੀ ਜਿਹੜੀ ਕਿ ਬਠਿੰਡਾ ਮਾਲਕਦਾਮ ਜਿਹੜਾ ਕਿ ਪੁਰਾਣਾ ਮਾਲਕਦਾਮ ਬੰਦ ਹੋ ਚੁੱਕਿਆ ਹੈ, ਉਰੇ ਇੱਕ ਬੋਡੀ ਪਈ ਹੈ। ਜਦੋਂ ਸਹਾਰਾ ਦੇ ਵਰਕਰਾਂ ਨੂੰ ਲਿਆ ਕੇ ਦੇਖਿਆ ਇੱਕ ਬੋਡੀ ਮਾਲਕਦਾਮ ਦੇ ਪਲੇਟਫਾਰਮ 'ਤੇ ਟ੍ਰੇਨ ਦੀ ਚਪੇਟ 'ਚ ਪਈ ਸੀ, ਜਿਹੜੇ ਕਿ ਲੱਗਦਾ ਕੋਈ ਨਸ਼ੇ ਦੀ ਹਾਲਾਤ 'ਚ ਹੋਵੇ। ਇਹਦੀ ਜੇਬ 'ਚ ਸਰਿੰਜ ਵੀ ਹੈ, ਟੀਕੇ ਦੀ ਅੱਧਾ ਕੁ ਟੀਕਾ ਵੀ ਉਹਦੇ ਵਿੱਚ ਹੈ। ਨੌਜਵਾਨ ਮੁੰਡੇ ਦੀ ਲਾਸ਼ ਹੈ, ਪਰ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਵੀ ਮੁੰਡੇ ਦੀ ਸ਼ਨਾਖਤ ਨਹੀਂ ਕੋਈ ਹੋਈ। GRP ਮੌਕੇ 'ਤੇ ਆ ਰਹੀ ਹੈ, ਜਿਹੜੀ ਵੀ ਬਣਦੀ ਕਾਰਵਾਈ ਹੋਏਗੀ ਉਹ ਕਰੇਗੀ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿੱਚ ਭੇਜੀ ਜਾ ਰਹੀ ਹੈ ਸਹਾਰਾ ਏਜੰਸੀ। ਉਧਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੀਡੀਆ ਦੇ ਕੈਮਰੇ ਸਾਹਮਣੇ ਆ ਸਾਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਪਾਰਸ ਡੈਡ ਬੋਡੀ ਦੀ ਇਤਲਾਹ ਮਿਲਣ ਕਰਕੇ ਇੱਥੇ ਮੌਕੇ 'ਤੇ ਆਏ ਹਾਂ। ਇਹ ਵਿਅਕਤੀ ਜਿਹੜਾ ਵਾ ਮਤਲਬ ਇਹਦੀ ਜਾਂਚ ਕਰ ਰਹੇ ਹਾਂ, 174 ਦੀ ਕਾਰਵਾਈ 'ਤੇ ਸ਼ਨਾਖਤ ਕਰਵਾ ਰਹੇ ਹਾਂ। ਸ਼ਨਾਖਤ ਤੋਂ ਬਾਅਦ ਮਤਲਬ ਪਤਾ ਲੱਗੂਗਾ ਵੀ ਇਹ ਕਿੱਥੋਂ ਦਾ ਰਹਿਣ ਵਾਲਾ ਸੀ ਅਤੇ ਕੀ ਕੰਮ ਕਰਦਾ ਸੀ ਇਹ। ਅਤੇ ਜਾਮਾ ਤਲਾਸ਼ੀ ਦੇ ਵਿੱਚ ਇਹਦੇ ਕੋਲ ਸਰਿੰਜ ਨਿਕਲੀ ਆ ਜੀ, ਟੀਕੇ ਵਾਲੀ, ਅਤੇ ਦੋ ਸਰਿੰਜਾਂ ਨੇ। ਅਤੇ ਹੋ ਸਕਦਾ ਇਹਨੇ ਮਤਲਬ ਟੀਕੇ ਦਾ ਮਤਲਬ ਇਸਤੇਮਾਲ ਕੀਤਾ ਹੋਵੇ, ਇਹਦੇ ਬਾਰੇ ਡਾਕਟਰ ਹੀ ਕਲੀਅਰ ਕਰਨਗੇ। ਗੋਲੀਆਂ ਨਿਕਲੀਆਂ ਵਾ 3-4 ਗੋਲੀਆਂ ਨੇ, ਨਹੀਂ ਨਸ਼ੇ ਦਾ ਬਸ ਇਹੀ ਆ, ਇੱਕ ਸਰਿੰਜ ਆ, ਦੋ ਸਰਿੰਜਾਂ ਟੀਕੇ ਵਾਲੀਆਂ, ਅਤੇ ਇੱਕ ਉਹ ਗੋਲੀਆਂ 5-6 ਬਸ। ਸ਼ਨਾਖਤ ਨਹੀਂ ਅਜੇ ਹੋਈ, ਸ਼ਨਾਖਤ ਦੇ ਉਪਰਾਲੇ ਕਰਾਂਗੇ, ਹੁਣ ਹੋ ਜੂਗੀ। ਇਹਦੀ ਮੈਂ ਦੱਸਣਾ ਚਾਹਾਂਗਾ, ਇਹਦੀ ਸੱਜੀ ਬਾਂਹ 'ਤੇ ਮੋਟੇ ਅੱਖਰਾਂ 'ਚ ਅੰਗਰੇਜ਼ੀ ਦੇ ਵਿੱਚ ਵੱਡੇ ਅੱਖਰਾਂ 'ਚ ਸੋਨੀ ਲਿਖਿਆ, ਅਤੇ ਇਹਦੇ ਜ਼ਰੀਏ ਵੀ ਤੁਹਾਡੇ ਜ਼ਰੀਏ ਵੀ ਸ਼ਨਾਖਤ ਜੇ ਮਤਲਬ ਤੁਸੀਂ ਕਰਾ ਸਕਦੇ ਤਾਂ ਕਰਾਓ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।